ਕਾਕੇ ਦੇ ਕੰਮ ਨਰਾਲੇ ਦਿਨ ਨੂੰ ਧੁੱਪਾਂ ਰਾਤ ਨੂੰ ਪਾਲੇ। ਸਾਡਾ ਗੇਟ ਛੋਟਾ ਆ ਜੀ, ਸਾਡਾ ਗੇਟ ਛੋਟਾ ਆ ਅਤੇ ਅਸੀਂ ਸਾਡਾ ਕਰਾਹ ਲੰਮੇ ਰੁੱਖ ਚੌੜੇ ਰੁੱਖ ਰੱਖਿਆ ਨਹੀਂ, ਅਸੀਂ ਇਹਨੂੰ ਜਨਾਬ ਲੰਮੇ ਰੁੱਖ ਲਗਾਉਣ ਲੱਗੇ ਹਾਂ। ਸ਼ਦੀਦ ਬਾਰਿਸ਼ਾਂ ਦੇ ਬਾਇਸ ਬਹੁਤ ਜ਼ਿਆਦਾ ਸ਼ਦੀਦ ਬਾਰਿਸ਼ਾਂ ਦੇ ਬਾਇਸ ਜਿਹੜਾ ਆ ਬੜਾ ਖਰਾਬ ਹੋਇਆ ਹੋਇਆ ਮਾਮਲਾ ਡੰਗਰਾਂ ਦੇ ਥੱਲੇ, ਅਤੇ ਕੜਾਹ ਸਾਡਾ ਲੰਘਿਆ ਨਹੀਂ ਅਤੇ ਮਸੇਰ ਨੇ ਜਨਾਬ ਕਿਤੋਂ ਤਾਰ ਲੱਭ ਲਿਆਂਦੀ ਆ ਉਹਦੇ ਮਗਰ ਪਾ ਕੇ ਬੰਨ ਕੇ ਅਤੇ ਖਿੱਚੂ ਹੋਏ। ਮੈਂ ਆਪਣਾ ਝਕਾਉਣਾ ਕਾਕੇ ਤਾਹਾ ਆਹ ਫੜ ਮਾੜਾ ਜਿਹਾ ਮੋਬਾਈਲ ਪਰ ਹੋ ਜਾ ਮੈਂ ਕੋਈ ਜਵਾਬ ਲਵਾਂ ਲਓ ਜੀ। ਮਸੇਰ ਨੂੰ ਬੰਨ ਕੇ ਦੇਣ ਲੱਗਾ ਤਾਰ, ਮਸੇਰ ਕੋਲੋਂ ਗੰਢ ਨਹੀਂ ਪੈਣ ਦੇਈ ਸੀਗੀ ਅਤੇ ਥੋੜ੍ਹੀ ਜਿਹੀ ਮੈਂ ਕਿਹਾ ਇਹਨੂੰ ਮਦਦ ਕਰਕੇ ਅਤੇ ਜ਼ਰਾ ਅੰਦਰ ਨੂੰ ਕਾਰਾ ਆ ਨੂੰ ਖਿਚਾ ਦਈਏ ਤਾਂ ਕਿ ਕੋਈ ਧੰਦਾ ਨਿਬੇੜ ਸਕੇ। ਮਾਸ਼ਾਅੱਲਾ ਸਾਰੇ ਮਸੇਰ ਸਾਹਿਬ ਦੇ ਜਾਨਵਰ ਆ ਜੀ ਸਾਡੇ। ਅੰਦਰ ਵੇਖੋ ਰੂੜ ਕਿੱਦਾਂ ਚੜ੍ਹ ਗਏ ਆ। ਬਾਰਿਸ਼ ਤਕਰੀਬਨ ਅੱਜ 20 ਦਿਨ ਹੋਣ ਵਾਲੀ ਆ ਮੁਕੰਮਲ ਲਗਾਤਾਰ। ਆਟਾ ਦਾ ਟੱਪਰਾ ਜਿਹਾ ਵੀ ਡਿੱਗ ਪਿਆ ਅਤੇ ਵੇਲੇ ਕੁ ਵੇਲੇ ਕੰਮ ਆ ਜਾਂਦਾ ਸੀ ਗਰਮੀਆਂ 'ਚ, ਹੁਣ ਨਾ ਬਾਰਿਸ਼ਾਂ ਰੁਕਣ ਅਤੇ ਨਾ ਅਸੀਂ ਆ ਟੱਪਰਾ ਚੱਕੀਏ। ਇੱਧਰ ਵੇਖੋ ਰੂੜ ਚੜ੍ਹੇ ਪਏ। ਅਜ਼ੀਮ ਲਾਈਵ ਵੀਡੀਓ ਭੇਜਦਾ ਸੀ ਆਉਂਦਾ ਵੀ ਸਿੰਧੂ ਬਾਰਿਸ਼ ਰੁਕੇ ਅਤੇ ਕੋਈ ਨਿਜ਼ਾਮ ਬਣੇ ਅਤੇ ਬੜੇ ਹਾਲਾਤ ਖਰਾਬ ਆ। ਅਤੇ ਭਰਾਵਾ ਵੇਖ ਲਾ ਇਹ ਡੰਗਰਾਂ ਵਾਲੇ ਬੰਦਿਆਂ ਦੇ ਵਾਕਿਆ ਜਿਹੜਾ ਨਾ ਨਿਜ਼ਾਮ ਖਰਾਬ ਹੀ ਆ। ਅੱਗੋਂ ਹੁਣ ਟਰੈਕਟਰ ਸਾਡਾ ਬਹੁਤ ਫਨੀ ਆ ਅਤੇ ਦੇਖਦੇ ਹਾਂ ਵੀ ਇਹ ਕਿੱਦਾਂ ਖਿੱਚਦਾ ਇਹਦੇ ਨਾਲ। ਕਾਕਾ ਗਾਰਾ ਅੱਜ ਇਹ ਗੋਹਾ ਗੋਹਾ ਜਿਹੜਾ ਬੜੇ ਵੱਡੇ ਵੱਡਿਆਂ ਦੀ ਬੱਸ ਕਰਾ ਦਿੰਦਾ ਹੁੰਦਾ। ਪਰ ਪਹਿਲੇ ਲੈ ਜਾ ਇਹ ਲਓ ਜੀ। ਸ਼ੈਂਪੀ ਦੀ ਗੱਡੀ ਨੇ ਕਰਾਹ ਭਰ ਲਿਆ ਫੁੱਲ। ਸ਼ੈਂਪੀ ਦੀ ਗੱਡੀ ਨੇ ਸ਼ੈਂਪੀ ਦੀ ਗੱਡੀ ਉਦਾਂ ਹੀ ਫਸ ਗਈ ਆ। ਪੱਟ ਕੇ ਜਾਣ ਦੇ ਤੇਰਾ ਪੱਟ ਕੇ ਜਾਣ ਦੇ ਤੇਰਾ ਪੱਟ ਕੇ ਉਹ ਗਈ ਉਹ ਸ਼ੈਂਪੀ ਦੀ ਗੱਡੀ। ਫਿਰ ਉੱਥੇ ਚਾੜਦੇ ਪਰਾਂ ਜ਼ਿਆਦਾ ਕਈ ਸੋਚ ਭਜਾ ਕੇ ਲੈ ਚੱਲ ਭਜਾ ਕੇ ਲੈ ਚੱਲ ਹਾਈ ਆਹ ਜਿਹੜਾ ਰਹਿੰਦਾ ਇਹਨੂੰ ਕਰਦੇ ਇੱਥੇ ਬਸ ਮੁੱਕਿਆ ਕੰਮ।
ਕੇ ਛੰਡ ਕੇ ਆਉਣ ਦੇ ਪਿੱਛਾ ਫੰਡ ਕੇ ਲਿਆ ਜਰਾ ਫੰਡ ਕੇ ਲੈ ਜਾ ਕਾਨੂੰ ਗਾਰੇ ਨਾਲ ਬਾਹਰ ਹਰ ਸ਼ਹਿਰ ਭਰ ਸੱਟੀ ਕਾਕੇ ਨੇ ਹਰ ਸ਼ਹਿਰ ਭਰ ਸੱਟੀ ਗਾਰੇ ਨਾਲ ਟਰੈਕਟਰ ਦੇ ਉੱਤੇ ਮਿੱਟੀਆਂ ਚੜ ਗਈਆਂ ਪਰ ਰੇਸ ਘੱਟ ਕਰ ਲਾ ਰੇਸ ਘੱਟ ਕਰ ਢੇਡੀ ਥੱਲੇ ਲੱਗ ਗਿਆ ਟਰੈਕਟਰ ਦਾ ਕਾਕਾ ਐਂਡ ਕੰਪਨੀ ਹੈ ਪੂਰਾ ਜੁਗਾੜੀ ਆ ਕੋਈ ਤਕਨੀਕ ਲਾ ਰਿਹਾ ਮੈਨੂੰ ਲੱਗਦਾ ਗਾਰੇ ਚੋਂ ਕੱਢਣ ਵਾਸਤੇ
ਉਹ ਗੋਆ ਤਾਂ ਇੱਥੇ ਰਹਿ ਗਿਆ। ਸੋਰੀ ਗੋਹੇ ਨਾਲ ਗੋਹੇ 'ਚ ਹੁੰਦੀ ਵੈਸੇ ਇੱਦਾਂ ਹੀ ਆ। ਕੱਲ੍ਹ ਮੈਂ ਉਹ ਕੱਢਦੇ ਨੂੰ ਵੇਖਿਆ ਫਾਰਮ 'ਤੇ ਉਹਨਾਂ ਨੂੰ ਮਾਸਟਰ ਗਿਆ ਨੂੰ ਅਤੇ ਉਹ ਬਹੁਤ ਔਖੇ 85 ਨਾਲ ਉਹਨਾਂ ਨੂੰ ਬੜੇ ਜ਼ਲੀਲ ਹੋਏ ਹੋ।